ਹਰ ਖੈ ਨਾ ਕਰ ਜਮਾ ਮੌਜਾਂ ਮਾਰਿਆ ਕਰ ਤੇਰੇ ਵਿਆਹ ਦੀ ਖੁਸ਼ੀ 'ਚ ਲੱਖ ਲੱਖ ਮੁਬਾਰਕਾਂ ਪੁੱਤ ਬਹੁਤ ਵਧੀਆ ਕੁਲਵੀਰ ਦਾ ਸਤਵਾਰ ਮੇਰੇ ਦਾ ਮੇਰੇ ਕੁਲਵੀਰ ਦੇ ਵਿਆਹ ਵਿੱਚ ਮੈਨੂੰ ਬਹੁਤ ਬਹੁਤ ਖੁਸ਼ੀ ਆ ਦੋਹਾਂ ਦੇ ਇਹਨਾਂ ਦਾ ਰਲ ਮਿਲ ਕੇ ਰਹਿਣ ਉਹ ਕਹਿੰਦਾ ਡੈਡੀ ਮੇਰੇ ਤੋਂ ਤਾਂ ਇੱਕੋ ਗਲਤੀ ਹੋਈ ਆ ਗੱਡੀ ਆਪਾਂ ਇੱਕੋ ਲਏ ਹਾਂ ਕਹਿੰਦਾ ਪੁਰਾਣੀ ਕਹਿੰਦਾ ਅੱਜ ਤੋਂ ਨਹੀਂ ਕਹਿੰਦਾ ਮੈਂ ਗਲਤੀ ਕਰਦਾ ਮੈਂ ਵਿਸਾ ਗੱਲ ਕਿ ਮੇਰਾ ਭਰਾ ਬੜਾ ਚੰਗਾ ਆ ਸਾਡਾ ਕਵੀਰ ਬੜਾ ਚੰਗਾ ਆ ਜਿਵੇਂ ਮੈਂ ਕਹਿ ਦਿੰਦੀ ਹਾਂ ਗੱਲ ਮੰਨ ਲੈਂਦਾ ਕਦੇ ਰੋਕਦਾ ਟੋਕਦਾ ਨਹੀਂ ਮੈਨੂੰ ਬੈਡ ਮੈਮਰੀਜ਼ ਇਹ ਹੈ ਕਿ ਕਿਹੜਾ ਉਹਨੇ ਨਾ ਛੋਟੇ ਹੁੰਦੇ ਨੇ ਬਚਪਨ 'ਚ 5 ਰੁਪਏ ਪਿੱਛੇ ਨੇ ਮੇਰੇ ਬੈਕ ਬੋਨ 'ਤੇ ਮੁੱਕੀ ਮਾਰੀ ਸੀ ਜੋ ਅੱਜ ਵੀ ਦਰਦ ਹੁੰਦਾ ਆ ਫਿਰ ਬਾਅਦ 'ਚ ਮੈਨੂੰ ਕਹਿੰਦਾ ਆ ਕਿ ਮੈਂ ਉਹਜੋ ਹੁਣ ਵੀ ਮਾਰੂੰਗਾ ਮੈਨੂੰ ਕਹਿੰਦਾ 5 ਰੁਪਏ ਲੈਣੇ ਮੈਂ ਕਿਹਾ ਨਹੀਂ ਹੁਣ ਤਾਂ ਜੇ ਮੈਨੂੰ 500 ਵੀ ਦੇ ਤੂੰ ਮੈਂ ਫਿਰ ਵੀ ਲੈਣੇ ਉਹ ਪੈਸੇ ਅੱਜ ਉਹਦੀ ਮੈਰਿਜ ਆ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਅੱਜ ਮੈਂ ਬਹੁਤ ਜ਼ਿਆਦਾ ਨੱਚਣਾ ਆ ਚੰਗਾ ਖਾਣਾ ਪੀਣਾ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਲਵਿੰਦਰ ਸਿੰਘ ਅਤੇ ਇਹ ਮੇਰੇ ਵਾਈਫ ਨੇ ਲਖਵੀਰ ਕੌਰ ਅੱਜ ਇਹਨਾਂ ਦੇ ਬ੍ਰਦਰ ਦਾ ਵਿਆਹ ਹੈ ਅਤੇ ਸਾਨੂੰ ਬੜੀ ਖੁਸ਼ੀ ਹੈ ਅਤੇ ਅਸੀਂ ਪੂਰਾ ਇੰਜੋਏ ਕਰਾਂਗੇ ਫਿਰ ਅਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਹੈ ਜੀ ਆ ਜਾਓ ਅਤੇ ਆਪਾਂ ਰਲ ਕੇ ਇੰਜੋਏ ਕਰੀਏ ਅਤੇ ਕੁਲਵੀਰ ਸਿੰਘ ਹੀ ਇਜ਼ ਅ ਵੈਰੀ ਨਾਈਸ ਪਰਸਨ ਬਹੁਤ ਹੀ ਚੀਅਰਫੁੱਲ ਨੇ ਬਹੁਤ ਹੀ ਚੰਗੇ ਇਨਸਾਨ ਨੇ ਅਤੇ ਮੈਂ ਸਾਰੇ ਪਰਿਵਾਰ ਨੂੰ ਇੱਕ ਵਾਰ ਫਿਰ ਸਾਰਿਆਂ ਨੂੰ ਵਧਾਈਆਂ ਦੇਣਾ ਚਾਹੁੰਦਾ ਹਾਂ ਅਤੇ ਰਾਤੀਂ ਅਸੀਂ ਸੈਲੀਬ੍ਰੇਟ ਕੀਤੀ ਹੈ ਜਾਗੋ ਅਤੇ ਮੈਨੂੰ ਬਹੁਤ ਹੀ ਚੰਗਾ ਲੱਗਾ ਅਤੇ ਮੈਂ ਇੱਕ ਕਿਸਮ ਦਾ ਪੁਰਾਣਾ ਕਲਚਰ ਦੇਖਿਆ ਹੈ ਪਰ ਬਹੁਤ ਹੀ ਚੰਗਾ ਲੱਗਾ ਅਤੇ ਹੋਪਫੁਲੀ ਅਸੀਂ ਫਿਰ ਆਉਂਦੇ ਰਹੀਏ ਅਤੇ ਇੱਦਾਂ ਦੇ ਦਿਨ ਆਉਂਦੇ ਰਹਿਣ ਅਤੇ ਅਸੀਂ ਇੰਜੋਏ ਕਰਦੇ ਰਹੀਏ ਅਤੇ ਮੈਂ ਫਿਰ ਸਾਰੇ ਪਰਿਵਾਰ ਨੂੰ ਸਾਰੇ ਲਸ਼ਕਰੀ ਪਰਿਵਾਰ ਨੂੰ ਲਖਵੀਰ ਕੌਰ ਦੇ ਮੰਮੀ ਡੈਡੀ ਸਾਰੇ ਮੇਰੇ ਮੰਮੀ ਡੈਡੀ ਸਾਰਿਆਂ ਨੂੰ ਇਸ ਦਿਨ ਦੀਆਂ ਵਧਾਈਆਂ ਦਿੰਦਾ ਹਾਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਲਖਵੀਰ ਕੌਰ ਅਤੇ ਹਨ ਮੇਰੇ ਹਸਬੈਂਡ ਬਲਵਿੰਦਰ ਸਿੰਘ ਅਤੇ ਇੱਥੇ ਅਸੀਂ ਇਕੱਠੇ ਹੋਏ ਹਾਂ ਸਾਰੇ ਮੇਰੇ ਬ੍ਰਦਰ ਦੀ ਮੈਰਿਜ ਹੈ ਮੇਰਾ ਨਾਮ ਹੈ ਕੁਲਵੀਰ ਸਿੰਘ ਬਹੁਤ ਸ਼ਰਮਿਲੇ ਡਾਈਦਾ ਆ ਬਹੁਤ ਘੱਟ ਬੋਲਦਾ ਆ ਪਹਿਲਾਂ ਵੈਸੇ ਉੱਦਾਂ ਮਿਲਣ ਸਾਰਿਆਂ ਅਤੇ ਹੌਲੀ ਹੌਲੀ ਸਟਾਰਟ ਹੋ ਜਾਂਦਾ ਬੋਲਣਾ ਅਤੇ ਸਟਾਰਟਿੰਗ 'ਚ ਥੋੜ੍ਹਾ ਸਲੋ ਆ ਅਤੇ ਅੱਜ ਦਾ ਵਿਆਹ ਆ ਅਸੀਂ ਰਾਤ ਜਾਗੋ ਅਤੇ ਡੀਜ਼ਿਆਂ 'ਤੇ ਸੈਲੀਬ੍ਰੇਟ ਕੀਤਾ ਆ ਭੰਗੜਾ ਪਾਇਆ ਬਹੁਤ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਮੇਰੀ ਆਵਾਜ਼ ਤੋਂ ਚਿੱਕਾ ਚੁੱਕਾ ਬਹੁਤ ਮਾਰੀ ਆ ਮੇਰੀ ਆਵਾਜ਼ ਬਿਲਕੁਲ ਹੀ ਅੱਜ ਸਲੋ ਹੋਈ ਪਈ ਆ ਸੋ ਮੈਂ ਕੁਲਵੀਰ ਨੂੰ ਅਤੇ ਆਪਣੇ ਮੰਮੀ ਪਾਪਾ ਨੂੰ ਅਤੇ ਸਮੂਹ ਲਸ਼ਕਰੀ ਪਰਿਵਾਰ ਨੂੰ ਉਹਨਾਂ ਦੇ ਵਿਆਹ ਦੀ ਵਧਾਈ ਦਿੰਦੀ ਹਾਂ ਅਤੇ ਰੱਬ ਉਹਨਾਂ ਦੀ ਜ਼ਿੰਦਗੀ 'ਚ ਖੁਸ਼ੀਆਂ ਕਿਹੜੇ ਇੱਦਾਂ ਹੀ ਬਰਕਰਾਰ ਰੱਖੇ ਸੋ ਅਸੀਂ ਸਾਰੇ ਬਹੁਤ ਖੁਸ਼ ਹਾਂ ਮੇਰੀ ਹੋਣ ਵਾਲੀ ਭਾਬੀ ਦਾ ਨਾਮ ਪ੍ਰਨੀਤ ਕੌਰ ਆ ਅਤੇ ਮੈਂ ਉਹਨਾਂ ਨੂੰ ਵੀ ਉਹਨਾਂ ਦੇ ਵਿਆਹ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਹਾਂ ਅਤੇ ਮੈਂ ਰੱਬ ਨੂੰ ਪ੍ਰੇ ਕਰਦੀ ਹਾਂ ਉਹ ਸਦਾ ਹੀ ਆਪਣੀ ਜ਼ਿੰਦਗੀ 'ਚ ਹੱਸਦੇ ਹੱਸਦੇ ਰਹਿਣ ਅਤੇ ਪਰਿਵਾਰ 'ਚ ਮਿਲਦੇ ਜੁਲਦੇ ਰਹਿਣ ਇੰਜੋਏ ਕਰਨਾ ਆਪਣੀ ਮੈਰਿਜ ਲਾਈਫ ਅਤੇ ਸਾਰਿਆਂ ਨਾਲ ਜਿੱਦਾਂ ਸਾਰੇ ਫੈਮਿਲੀ 'ਚ ਮਿਲ ਜੁਲ ਕੇ ਰਹਿੰਦੇ ਨੇ ਉਹ ਵੀ ਇੱਦਾਂ ਹੀ ਰਹਿਣ ਪਿਆਰ ਨਾਲ ਕੁਲਵੀਰ ਛੋਟਾ ਹੁੰਦਾ ਬ੍ਰਦਰ ਥੋੜ੍ਹਾ ਜਿੱਦੀ ਹੁੰਦਾ ਸੀਗਾ ਅਤੇ ਇੱਕ ਵਾਰੀ ਕੀ ਹੋਇਆ ਕਿ ਅਸੀਂ ਛੋਟੇ ਹੁੰਦੇ ਸੀ ਆਈ ਥਿੰਕ ਉਹ 3rd or 4th ਕਲਾਸ 'ਚ ਹੁੰਦਾ ਸੀਗਾ ਅਤੇ ਸਕੂਲੋਂ ਆਇਆ ਸਕੂਲੋਂ ਆਉਣ ਸਾਰ ਮੰਮੀ ਕੰਮ ਕਰ ਰਹੇ ਸੀਗੇ ਬਿਜ਼ੀ ਸੀਗੇ ਮੈਂ ਮੰਮੀ ਰੋਟੀ ਰੋਟੀ ਦੇ ਰੋਟੀ ਦੇ ਅਤੇ ਮੰਮੀ ਕਹਿੰਦੇ ਵੀ 1 ਮਿੰਟ ਰੁਕ ਮੈਂ ਦਿੰਦੀ ਹਾਂ ਨਹੀਂ ਤੂੰ ਜੇ ਤੈਨੂੰ ਇੰਨੀ ਜ਼ਿਆਦਾ ਕਾਹਲੀ ਆ ਤਾਂ ਤੂੰ ਖਾ ਸਕਦਾ ਆ ਚੱਕ ਕੇ
ਤੇ ਉਹ ਜ਼ਿਆਦਾ ਫਿਰ ਚਿੱਕਾ ਚੁੱਕਾ ਜਿਹਾ ਕਰਨ ਲੱਗਿਆ। ਮੰਮੀ ਦੇ ਹੱਥ 'ਚ ਪੰਜਾ ਸੀਗਾ, ਮੰਮੀ ਉਸ ਟਾਈਮ ਦਰੀ ਬੁਣ ਰਹੇ ਸੀਗੇ ਅਤੇ ਮੰਮੀ ਨੇ ਉਹਦੇ ਪੰਜਾ ਮਾਰਿਆ ਅਤੇ ਉਹਦੀ ਨਾ ਬੈਗ 'ਤੇ ਨਿਸ਼ਾਨ ਵੀ ਆ, ਹੁਣ ਉਹਦੇ ਬੈਗ 'ਤੇ ਨਾ ਬਲੱਡ ਨਿਕਲਿਆ ਅਤੇ ਤੁਹਾਡੇ ਨਿਸ਼ਾਨ ਪੈ ਗਏ ਅਤੇ ਫਿਰ ਉਹ ਰੋਇਆ ਅਤੇ ਫਿਰ ਮੰਮੀ ਬਹੁਤ ਪਛਤਾਈ ਵੀ, ਹਾਏ ਮੈਂ ਕੀ ਕੀਤਾ, ਮੈਂ ਆਪਣੇ ਮੁੰਡੇ ਦੇ ਪੁੱਤ ਦੇ ਪੰਜਾ ਮਾਰਿਆ, ਹੈ ਨਾ। ਇਹ ਤਾਂ ਨੈਚੁਰਲ ਹੀ ਆ, ਜੇ ਪੇਰੈਂਟਸ ਆਪਾਂ ਨੂੰ ਕੁੱਟਦੇ ਨੇ, ਕੁਛ ਕਹਿੰਦੇ ਨੇ, ਘੂਰਦੇ ਨੇ, ਤਾਂ ਉਹਨਾਂ ਨੂੰ ਉਦੋਂ ਜ਼ਿਆਦਾ ਪੇਨ ਹੁੰਦੀ ਆ ਜਿੰਨੀ ਆਪਾਂ ਨੂੰ ਹੁੰਦੀ ਆ। ਸੋ ਫਿਰ ਤਾਂ ਮੰਮੀ ਨਾਲੇ ਉਹਨੂੰ ਰੋਟੀ ਦਿੱਤੀ, ਨਾਲੇ ਫਿਰ ਉਹਦੇ ਕਰੀਮ ਵਗੈਰਾ ਲਾਈ ਅਤੇ ਨਾਲੇ ਫਿਰ ਬਹੁਤ ਪਛਤਾ ਰਹੇ ਸੀਗੇ ਅਤੇ ਹੁਣ ਵੈਸੇ ਠੀਕ ਆ। ਉੱਦਾਂ ਜਿੱਦਾਂ ਜਿੱਦਾਂ ਚੱਲ ਹੁੰਦੀ ਰਹਿੰਦੀ ਆ, ਮੇਰੇ ਨਾਲ ਵੀ ਤੁਹਾਡੀ ਫਾਈਟ ਬਹੁਤ ਹੁੰਦੀ ਰਹਿੰਦੀ ਸੀਗੀ ਛੋਟੇ ਹੁੰਦੇ ਆ, ਅਤੇ ਜਦੋਂ ਅਸੀਂ ਵੱਡੇ ਹੋ ਗਏ ਹਾਂ ਅਤੇ ਥੋੜ੍ਹਾ ਫਿਰ ਸਮਝਦਾਰ ਹੋ ਜਾਂਦਾ ਆ ਅਤੇ ਲੜਾਈ ਲੜੂਈ ਹੱਟ ਗਈ ਅਤੇ ਆ ਜਾਓ ਸਾਰੇ ਆਪਾਂ ਨੱਚੀਏ ਗਾਈਏ ਭੰਗੜੇ ਪਾਈਏ, ਮੇਰੇ ਵੀਰ ਦਾ ਵਿਆਹ, ਮੈਨੂੰ ਗੋਡੇ ਗੋਡੇ ਚਾਹ।